ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੀ ਸੀ ਜਿਸ ਦਾ ਸਿਰਲੇਖ ਹੈ ਸਫਲ ਗੁਰਪੁਰਬ ਇਸ ਦੇ ਪਹਿਲੇ ਹਿੱਸੇ ਵਿੱਚ ਜੋ ਬੀਬੀ ਦੇ ਅੰਦਰ ਬਿਰਹਾ ਜਾਪਿਆ ਮਨ ਦੇ ਤਰੰਗ ਉਹਨਾਂ ਦਾ ਵਰਣਨ ਸੀ ਤੇ ਅੰਤ ਵਿੱਚ ਉਹ ਬੀਬੀ ਇਕ ਫੁੱਲਾਂ ਦਾ ਗੁਲਦਸਤਾ ਗੁਰੂਗ੍ਰੰਥ ਸਾਹਿਬ ਜੀ ਦੇ ਹਜ਼ੂਰ ਪੇਟ ਕਰਨ ਲਈ ਬਣਾਉਂਦੀ ਹੈ ਉਸ ਤੋਂ ਅੱਗੇ ਦਿਨ ਚੜਾਇਆ ਸੀ ਔਰ ਗੁਲਦਸਤਾ ਗੁੰਦ ਕੇ ਹੱਥ ਰੱਖਿਆ ਸੀ ਕਿ ਉਪਰੋਂ ਇੱਕ ਦਾਸੀ ਨੇ ਆ ਕੇ ਇੱਕ ਚਿੱਠੀ ਹੱਥ ਫੜਾਈ ਔਰ ਆਪ ਆ ਕੇ ਮੁੜ ਗਈ ਕਿ ਬੇਬੇ ਜੀ ਚੇਤੇ ਕਰ ਰਹੇ ਸੰ ਜੋ ਤੁਸੀਂ ਅਜੇ ਹੁਣੇ ਤੱਕ ਨਿਯਮ ਤੋਂ ਵੇਲੇ ਨਹੀਂ ਹੋਏ ਔਰ ਸਾਰਾ ਟੱਬਰ ਇਸ ਸਾਰੇ ਹੀ ਟੱਬਰ ਦਾ ਵਤੀਰਾ ਸੀ ਜੋ ਅੰਮ੍ਰਿਤ ਵੇਲੇ ਪਹਾੜੀਆਂ ਦੇ ਓਲੇ ਵਕੋ ਵਕ ਬੈ ਕੇ ਇਕਾਂਤ ਵਿੱਚ ਸਵੇਰੇ ਨਿਮ ਤੇ ਬੇਨਤੀ ਕਰਦੇ ਹੁੰਦੇ ਸਨ ਸੋ ਸਾਰਾ ਟੱਬਰ ਘਰ ਪਹੁੰਚ ਗਿਆ ਹੈ ਇਸ ਦੇਵੀ ਨੇ ਜਿਸ ਦਾ ਨਾਮ ਪ੍ਰੇਮਕੌਰ ਸੀ ਲਿਫਾਫੇ ਤੋਂ ਹੀ ਅੱਖਰ ਪਛਾਣ ਲਏ ਔਰ ਸਮਝ ਗਈ ਜੋ ਮੇਰੇ ਛੋਟੇ ਵੀਰ ਪ੍ਰੀਤਮ ਸਿੰਘ ਦਾ ਪੱਤਰ ਹੈ ਪ੍ਰੇਮ ਭਾਰੇ ਦਿਲ ਨਾਲ ਪਿਆਰੀਆਂ ਪਿਆਰੀਆਂ ਉਂਗਲਾਂ ਨੇ ਲਿਫਾਫਾ ਖੋਲਿਆ ਔਰ ਵਿੱਚੋਂ ਇਹ ਕੁਝ ਪੜਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੀ ਪਰਮ ਸਤਕਾਰਯੋਗ ਕਿਰਪਾਲੂ ਭੈਣ ਜੀ ਸਤਿ ਸ੍ਰੀ ਅਕਾਲ ਆਪ ਦੀ ਪ੍ਰੇਮ ਪੱਤਰ ਕਾ ਪਹੁੰਚੀ ਸਾਰੇ ਪਰਿਵਾਰ ਵਿੱਚ ਅਕਾਲ ਪੁਰਖ ਦੀ ਕਿਰਪਾ ਨਾਲ ਸੁਖਸਾਂਦ ਹੈ ਆਪ ਦੀ ਸੁਖ ਸ੍ਰੀ ਗੁਰੂ ਜੀ ਤੋਂ ਸਦਾ ਚਾਹੁੰਦੇ ਹਾਂ ਸਨਿਮਰ ਬੇਨਤੀ ਹੈ ਜੋ ਆਪ ਨੂੰ ਇੱਥੋਂ ਗਿਆ ਇੱਕ ਵਾਰਾ ਹੋ ਗਿਆ ਹੈ ਮੈਂ ਤਾਂ ਪਾਵੇਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਆ ਕੇ ਆਪਦੇ ਕੋਲ ਰਹਿ ਗਿਆ ਸਾਂ ਪਰ ਮਾਤਾ ਜੀ ਅਰ ਪਿਤਾ ਜੀ ਤੇ ਛੋਟੀ ਭੈਣ ਜੀ ਦਾ ਚਿੱਤ ਆਪਦੇ ਦਰਸ਼ਨਾਂ ਨੂੰ ਬਹੁਤ ਕਰਦਾ ਹੈ ਸੋ ਆਪ ਜ਼ਰੂਰੀ ਗੁਰਪੁਰਬ ਤੋਂ ਪਹਿਲਾਂ ਇੱਥੇ ਆ ਕੇ ਦਰਸ਼ਨ ਦਿਓ ਜੇ ਹੁਕਮ ਕਰੋ ਤਾਂ ਮੈਂ ਲੈ ਜਾਣ ਲਈ ਹਾਜ਼ਰ ਹਾਂ ਨਾਲੇ ਇਸ ਸਾਲ ਭਾਈ ਗਿਆਨ ਸਿੰਘ ਜੀ ਨੇ ਭਾਈ ਇਹ ਹੋਰਾਂ ਨੂੰ ਗੁਰਪੁਰਬ ਤੇ ਸਾਰੇ ਟੱਬਰ ਸਣੇ ਸ੍ਰੀ ਅਮਰਸਰ ਜੀ ਸੱਦਿਆ ਹੈ ਤੁਸੀਂ ਤਾਂ ਭੈਣ ਜੀ ਜਾਣਦੇ ਹੀ ਹੋ ਕਿ ਭਾਈ ਸਾਹਿਬ ਦਾ ਲਿਖਿਆ ਭਾਈਆ ਜੀ ਜ਼ਰੂਰ ਮੰਨਣਗੇ ਸੋ ਅਸੀਂ ਸਾਰੇ ਹੀ ਐਤ ਕੀ ਗੁਰਪੁਰਬ ਤੋਂ 2-3 ਦਿਹਾੜੇ ਪਹਿਲਾਂ ਹੀ ਸਾਰੇ ਸ੍ਰੀ ਅਮਰਸਰ ਜੀ ਚਲਾਂਗੇ ਭੈਣ ਜੀ ਵੇਖੋ ਨਾ ਵੱਡੀ ਮੋਜ ਬਣੇਗੀ ਇੱਕ ਤਾਂ ਗੁਰਮੁਖਾਂ ਦਾ ਮੇਲ ਫਿਰ ਸ੍ਰੀ ਅਮਰitsar ਜੀ ਦੇ ਦਰਸ਼ਨ ਤੇ ਨਾਲੇ ਗੁਰਪੁਰਬ ਦੀ ਮੌਜ ਤੁਸੀਂ ਜ਼ਰੂਰੀ ਆਉਣਾ ਇਕੱਠਿਆਂ ਵੱਡਾ ਹੀ ਆਨੰਦ ਆਵੇਗਾ ਹੋਰ ਤਾਂ ਭੈਣ ਜੀ ਸਾਰੇ ਖੁਸ਼ੀ-ਖੁਸ਼ੀ ਦਰਬਾਰ ਸਾਹਿਬ ਜਾਣਾ ਚਾਹੁੰਦੇ ਹਨ ਪਰ ਭੈਣ ਜੀ ਵੱਡੇ ਭਰਾ ਹੋਰੀ ਉੱਥੇ ਜਾਣਾ ਨਹੀਂ ਮੰਨਦੇ ਖਬਰ ਨਹੀਂ ਉਹਨਾਂ ਨੂੰ ਕੀ ਹੋ ਗਿਆ ਹੈ ਉਹ ਅੱਗੇ ਚੰਗੇ ਭਲੇ ਹੁੰਦੇ ਸਨ ਪਰ ਹੁਣ ਸੁਭਾਅ ਵੱਡਾ ਬਦਲ ਗਿਆ ਹੈ ਸਗੋਂ ਵਿਦਵਾਨ ਹੋ ਕੇ ਜੰਗੇਰਾ ਤੇ ਵਧਿਕ ਪ੍ਰੇਮੀ ਹੋਣਾ ਸੀ ਪਰ ਉਹ ਤਾਂ ਹੁਣ ਉਲਟੀਆਂ-ਉਲਟੀਆਂ ਗੱਲਾਂ ਕਰਨ ਲੱਗ ਪਏ ਹਨ ਕੁਝ ਤਾਂ ਕਾਲਜ ਵਿੱਚ ਹੀ ਉਹਨਾਂ ਦੇ ਖਿਆਲ ਬਦਲ ਗਏ ਸਨ ਤੇ ਬਾਕੀ ਇਸ ਸਾਲ ਕੁਸੰਗ ਨੇ ਤਾਂ ਵੱਡਾ ਹੀ ਖਰਾਬ ਕੀਤਾ ਹੈ ਤੁਸੀਂ ਜਾਣਦੇ ਹੋ ਉਹਨਾਂ ਦੇ ਜਮਾਤੀ ਤਾਰਾ ਤੇ ਸ਼ਾਮ ਜੋ ਐਤ ਕੀ ਬੀਏ ਵਿੱਚੋਂ ਫੇਲ ਹੋ ਗਏ ਸਨ ਕਾਲਜੋਂ ਕੱਢੇ ਗਏ ਤੇ ਹੁਣ ਘਰ ਬੈਠੇ ਹਨ ਪਰਾਜ ਜੀ ਨੂੰ ਉਹਨਾਂ ਦੀ ਸੰਗਤ ਨੇ ਵੱਡਾ ਖਰਾਬ ਕਰ ਦਿੱਤਾ ਹੈ ਉਹ ਉਹਨਾਂ ਵਰਗੇ ਭੇੜੇ ਤਾਂ ਨਹੀਂ ਹੋਏ ਪਰ ਪਤਾ ਨਹੀਂ ਕੀ ਹੋ ਗਿਆ ਹੈ ਨਾ ਬਾਣੀ ਦਾ ਪਾਠ ਨਾ ਰਹਿਤ ਕੁਝ ਵੀ ਨਹੀਂ ਰਿਹਾ ਪਿਤਾ ਜੀ ਕਹਿੰਦੇ ਸਨ ਕਿ ਜਦੋਂ ਭਾਈ ਗਿਆਨ ਸਿੰਘ ਜੀ ਦੇ ਉਪਦੇਸ਼ ਨਾਲ ਮੈਂ ਤੇ ਤੁਸਾਂ ਅਮਰਤ ਛਕਿਆ ਸੀ ਤਾਂ ਸੁੰਦਰ ਸਿੰਘ ਹੋਰੀ ਇਹ ਵੱਡੇ ਭਰਾ ਦਾ ਨਾਮ ਹੈ ਤਾਂ ਸੁੰਦਰ ਸਿੰਘ ਹੋਰੀ ਇੱਥੇ ਨਹੀਂ ਸਨ ਸੋ ਉਹਨਾਂ ਨੂੰ ਨਾਲ ਲੈ ਜਾ ਕੇ ਐਤ ਕੀ ਅੰਮ੍ਰਿਤ ਛਕਾਵਾਂਗੇ ਪਰ ਉਹ ਤਾਂ ਹੋਣ ਕਿਸੇ ਦੀ ਸੁਣਦੇ ਹੀ ਨਹੀਂ ਸ੍ਰੀ ਅੰਮ੍ਰਿਤਸਰ ਜਾਣੋਂ ਮੂਲੋਂ ਨਾ ਕਰਦੇ ਹਾਂ ਪਤਾ ਨਹੀਂ ਕਿਉਂ ਅੜੀ ਕਰਦੇ ਹਾਂ ਕਿ ਕੁਝ ਮਾਤਾ ਪਿਤਾ ਜੀ ਦੇ ਸਾਹਮਣੇ ਵੀ ਅੱਗੇ ਵਾਂਗ ਅਦਬ ਆਦਾਬ ਨਹੀਂ ਰੱਖਦੇ ਮੈਨੂੰ ਤਾਂ ਡਰ ਹੈ ਕਿ ਜੇਕਰ ਕੁਸੰਗ ਇਸੇ ਤਰ੍ਹਾਂ ਰਿਹਾ ਤਾਂ ਪਤਿਤ ਵੀ ਨਾ ਹੋ ਜਾਣ ਸਭਨਾਂ ਨੂੰ ਉਹਨਾਂ ਦੀ ਦਸ਼ਾ ਵੇਖ ਕੇ ਸ਼ੌਕ ਆਉਂਦਾ ਹੈ। ਤੋਂ ਸਾਡੇ ਨਾਲ ਉਹਨਾਂ ਦਾ ਵੱਡਾ ਪਿਆਰ ਹੈ। ਸੋ ਤੁਸੀਂ ਆ ਜਾਓ ਤੇ ਉਹਨਾਂ ਨੂੰ ਸਮਝਾਓ ਖਬਰੇ ਮੰਨ ਜਾਣ। ਭਾਈਆ ਜੀ ਦੀ ਵੀ ਇਹੀ ਮਰਜ਼ੀ ਹੈ। ਮਹਿੰਦਰ ਸਿੰਘ ਬੀਬੀ ਦੇ ਮੁੰਡੇ ਦਾ ਨਾਮ ਸੀ ਨੂੰ ਪਿਆਰ ਸਭਨਾ ਜੋਗ ਸ੍ਰੀ ਵਾਹਿਗੁਰੂ ਜੀ ਦੀ ਫਤਿਹ। ਕੋਈ ਸੇਵਾ ਆਪ ਦਾ ਲਾਡਲਾ ਵੀਰ ਪ੍ਰੀਤਮ ਸਿੰਘ। ਪੁੱਤਰ ਪੜਦਿਆਂ ਪੜਦਿਆਂ ਪਹਿਲਾਂ ਤਾਂ ਬੀਬੀ ਦੇ ਮੂੰਹ ਤੇ ਖੁਸ਼ੀ ਪ੍ਰਗਟ ਹੋਈ ਪਰ ਗੁਰਪੁਰਪ ਤੇ ਅੰਮ੍ਰਿਤਸਰ ਸਾਰੇ ਟੱਬਰ ਦਾ ਜਾਣਾ ਪੜ ਕੇ ਪ੍ਰਸੰਨ ਹੋਈ ਪਰ ਵੀਰ ਦਾ ਹਾਲ ਪੜ ਕੇ ਚਿਹਰਾ ਬਦਲ ਗਿਆ ਔਰ ਅੰਤ ਵਿੱਚ ਇਹ ਪੜ ਕੇ ਕਿ ਕਿਤੇ ਪਤਿਤੀ ਨਾ ਹੋ ਜਾਣ ਇਸ ਦਾ ਰੰਗ ਉੱਡ ਗਿਆ ਤੇ ਸ਼ੌਕ ਸਮੁੰਦਰ ਵਿੱਚ ਡੁੱਬ ਗਈ ਹੈ ਕਿ ਇਹ ਹਾਲ ਹੋ ਗਿਆ हे ਗੁਰੂ ਇਹ ਕੀ ਖੇਡ ਹੈ ਵੀਰ ਪਿਆਰਾ ਵੀਰ ਕੀ ਸਤਗੁਰੂ ਜੀ ਨੂੰ ਪਿਆਰ ਨਹੀਂ ਕਰਦਾ ਹੈਂ ਗੁਰਸਿੱਖਾਂ ਦਾ ਸਤਕਾਰ ਵੀਰ ਦੇ ਮਨ ਵਿੱਚ ਨਹੀਂ ਰਿਹਾ ਪਿਤਾ ਜੀ ਦੀ ਨਿਰਾਦਰੀ ਤੇ ਵੀ ਤਿਆਰ ਹੋ ਪਿਆ ਕੀ ਇਹ ਸੱਚ ਹੈ ਤਦ ਉਹ ਮੇਰਾ ਵੀਰ ਨਹੀਂ ਰਹੇਗਾ ਪ੍ਰੀਤਮ ਸਿੰਘ ਜੀ ਮੈਨੂੰ ਸੱਦੇ ਹਨ ਮੈਂ ਗਰੀਬ ਜਾ ਕੇ ਕੀ ਕਰਾਂਗੀ ਕੀ ਮੇਰੇ ਆਖਿਆ ਵੀਰ ਕੁਝ ਮੰਨ ਜਾਵੇਗਾ ਜਿਸ ਨੇ ਮਾਪਿਆਂ ਦਾ ਆਖਾ ਨਾ ਮੰਨਿਆ ਤਾਂ ਮੇਰਾ ਆਖਿਆ ਕਦੋਂ ਮੰਨਣ ਲੱਗਾ ਹੈ ਮੈਂ ਉਸ ਨੂੰ ਕੀ ਆਖਾਂਗੀ ਤੇ ਕਿਵੇਂ ਸਮਝਾਵਾਂਗੀ ਉਹ ਪੜਿਆ ਲਿਖਿਆ ਬੀਏ ਪਾਸ ਤੇ ਮੈਂ ਅਨਪੜ ਮੇਰੇ ਸਮਝਾਇਆ ਉਹ ਕਦੋਂ ਮੰਨਣ ਲੱਗਾ ਹੈ اے ਗੁਰੂ ਫਿਰ ਕੀ ਵੀਰ ਸਿੱਖੀ ਤੋਂ ਗਿਰ ਜਾਵੇਗਾ ਕਿ ਗੁਰਪੁਰਬ ਵਾਲੇ ਦਿਹਾੜੇ ਵੀਰ ਸਤਗੁਰੂ ਤੋਂ ਬੇਮੁਖ ਰਹੇਗਾ ਏ ਸਤਗੁਰੂ ਉਹ ਅਪਹਾਗ ਦਿਹਾੜਾ ਕਦੇ ਨਾ ਦਿਖਾਵੀ ਵੀਰ ਤੂੰ ਕੀ ਪੜਿਆ ਤੇ ਤੇਰੀ ਮਤ ਨੂੰ ਕੀ ਹੋ ਗਿਆ ਤੈਨੂੰ ਦੀਨ ਦੁਨੀ ਦੇ ਵਾਲੀ ਗੁਰੂ ਨਾਨਕ ਦੇਵ ਜੀ ਦੀ ਜੋਤ ਨਜ਼ਰ ਨਹੀਂ ਪੈਂਦੀ ਕੀ ਤੈਨੂੰ ਪੜ ਲਿਖ ਕੇ ਸ੍ਰੀ ਗੁਰੂ ਕਲਗੀ ਧਰਜੀ ਦੇ ਉਪਕਾਰ ਵੀ ਭੁੱਲ ਗਏ ਇਸੇ ਤਰ੍ਹਾਂ ਚਿੰਤਾ ਵਿੱਚ ਪੈ ਗਈ ਤੇ ਸ਼ੌਕ ਵਿੱਚ ਡੁੱਬੀ ਦੇ ਮੂੰਹੋਂ ਨਿਕਲਿਆ ਦੁਖੀਆ ਦਰਦ ਕਣੇ ਵੇਦਨ ਜਾਣੇ ਤੂੰ ਤਨੀ ਏ ਗੁਰੂ ਸੱਚੇ ਪਾਤਸ਼ਾਹ ਇਹ ਮਹਾ ਦੁੱਖ ਹੈ ਹਾਏ ਵੀਰ ਦਾ ਵਿਛੋੜਾ ਪੈਣਾ ਲਈ ਕਹਿਰ ਹੁੰਦਾ ਹੈ ਤੇ ਇਹ ਧਰਮ ਵਿਛੋੜਾ ਤਾਂ ਕਹਿਰ ਕਹਾਰ ਹੋਵੇਗਾ हे गुरु कलगियां वाले इस हल ना दिखामी पर ना दिखामी एक कुख तो निम्मे एक अमृत सोमे तो पले एक गुरु दे उपासक विछड़ जान ते केडा अनर्थ होवेगा की होवेगा जे भाईया जी दे समझाया नहीं समझेओ मेरा आख्या की मानेगा चंगा जो होवे सो होवे वीर नु विछणन ता नहीं देना ओ दूध दी नदी कि कु टपेगा ਉਹ ਪਿਆਰ ਦਾ ਸਾਗਰ ਕਿਸ ਤਰ੍ਹਾਂ ਤਰੇਗਾ ਉਹ ਬਾਣੀ ਦੇ ਬਲ ਦੇ ਅੱਗੇ ਕਿਸ ਤਰ੍ਹਾਂ ਅੜੇਗਾ ਉਹ ਗੁਰੂ ਦਾਇਆ ਦੀ ਕੰਗ ਅੱਗੇ ਕਿੱਕੋਂ ਖੜੋਵੇਗਾ ਗੁਰੂ ਪਿਆਰਾ ਗੁਰੂ ਉਸ ਨੂੰ ਜ਼ਰੂਰ ਸਵਾਰੇਗਾ ਇਸੇ ਤਰ੍ਹਾਂ ਆਖ ਹੀ ਰਹੀ ਸੀ ਜੋ ਇੱਕ ਹੋਰ ਖਿਆਲ ਆਇਆ ਜਿਸ ਨੇ ਦਿਲ ਨੂੰ ਇੱਕ ਹੋਰ ਚੋਬ ਮਾਰੀ ਤੇ ਬੋਲੀ ਪਰ ਮੈਂ ਜਾਵਾਂ ਕਿਵੇਂ ਪਤੀ ਜੀ ਇੱਥੇ ਹਨ ਨਹੀਂ ਕਾਕਾ ਬਹੁਤ ਬਿਮਾਰ ਹੈ ਜੇ ਇਸੇ ਹਾਲ ਲੈ ਜਾਵਾਂ ਤਾਂ ਪਤੀ ਜੀ ਗੁੱਸੇ ਹੋਣਗੇ ਤੇ ਬੇਬੇ ਜੀ ਜਾਣ ਵੀ ਨਹੀਂ ਦੇਣਗੇ ਕੀ ਕਰਾਂ ਪਤੀ ਜੀ ਨੇ ਫਰਮਾਇਆ ਸੀ ਗੁਰਪੁਰਬ ਇਕੱਠੇ ਹੀ ਮਨਾਵਾਂਗੇ ਹੁਣ ਉਹਨਾਂ ਦੀ ਆਗਿਆ ਕਿਵੇਂ ਮੋੜਾਂ ਗਰੀਬਣੀ ਦੋ ਦਿੱਲੀ ਵਿੱਚ ਫਸ ਗਈ ਇਸ ਚਿੰਤਾ ਨੇ ਮਨ ਨੂੰ ਬਹੁਤ ਵਿਆਕੁਲ ਕਰ ਦਿੱਤਾ ਪਰ ਫਿਰ ਸੋਚ ਲਿਆ ਕੇ ਪਤੀ ਜੀ ਸਦਾ ਬੇਬੇ ਜੀ ਦੀਆਂ ਆਗਿਆ ਮੰਨਣੇ ਹੀ ਤਾਕਦੇ ਹੁੰਦੇ ਹਨ ਸੋ ਜੇਕਰ ਉਹ ਆਗਿਆ ਦੇ ਦੇਣ ਤਾਂ ਮੈਂ ਜਾ ਸਕਦੀ ਹਾਂ ਕਾਕੇ ਦਾ ਫਿਕਰ ਅਜੇ ਨਾਲ ਸੀ ਪਰ ਮਨ ਨੇ ਆਖਿਆ ਲਾਲ ਦਾ ਰਾਖਾ ਗੁਰੂ ਹੈ ਮੈਂ ਵੀਰ ਦੇ ਇਸ ਆਤਮਕ ਰੋਗ ਦੇ ਸਮੇਂ ਸੇਵਾ ਜ਼ਰੂਰ ਕਰਾਂਗੀ ਤੇ ਨਾਲੇ ਗੁਰੂ ਜੀ ਦੇ ਦਰਬਾਰ ਦੇ ਦਰਸ਼ਨ ਕਰਾਂਗੀ ਇਹ ਸੋਚ ਹੀ ਰਹੀ ਸੀ ਜੋ ਫਿਰ ਮਨ ਵਿੱਚ ਚਿੰਤਾ ਉਠੀ ਤੇ ਦਿਲ ਦਰਵ ਗਿਆ ਹੁਣ ਹੱਥ ਜੁੜ ਗਏ ਤੇ ਮੱਥਾ ਧਰਤੀ ਤੇ ਲੱਗਿਆ ਅਰ ਮੂੰਹੋਂ ਨਿਕਲਿਆ ਜੈਸਾ ਬਾਲਕ ਭਾਏ ਸੁਬਾਏ ਲਖ ਅਪਰਾਧ ਕਮਾਵੇ ਘਰ ਉਪਦੇਸ਼ ਛਿੜਕੇ ਬੋ ਭਾਂਤੀ ਬਹੁੜ ਪਿਤਾ ਗੱਲ ਆਵੇ ਪਿਛਲੇ ਆਉ ਗੁਣ ਬਖਸ਼ ਲੇ ਪ੍ਰਭ ਆਗੇ ਮਾਰਗ ਪਾਵੇ ਇਹ ਤੁਕਾਂ ਪੜ ਰਹੀ ਸੀ ਅਰ ਫਰਨ ਫਰਨ ਲੈਣਾ ਤੋਂ ਹੰਝੂ ਕੇ ਰਹੇ ਸਨ ਮਨ ਦੇ ਅੱਗੇ ਸਤਿਗੁਰਾਂ ਦਾ ਸਰੂਪ ਆਖਲੋਤਾ ਤਿਸ ਬੀਬੀ ਨੇ ਵੀਰ ਨੂੰ ਫੜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਪਾ ਕੇ ਬੇਨਤੀ ਕੀਤੀ ਹਮ ਔਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈਂ ਬਿਖ ਖਾਈ ਮਾਇਆ ਮੋਹ ਭਰਮ ਪੈ ਪੂਲੇ ਸੁਤ ਦਾ ਰਾਸਿਓਂ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲਨ ਜਮtras ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਇਸੇ ਦਸ਼ਾ ਵਿੱਚ ਚਿਰ ਤੱਕ ਭਰਾ ਦੀ ਆਤਮਾ ਲਈ ਸੱਚੇ ਵੈਦ ਦੇ ਚਰਨਾਂ ਵਿੱਚ ਬੇਨਤੀ ਕਰਦੀ ਰਹੀ ਇਸੇ ਦਸ਼ਾ ਵਿੱਚ ਬੀਬੀ ਦੀ ਸੱਸ ਆਣ ਪਹੁੰਚੀ ਉਹ ਹੈਰਾਨ ਸੀ ਜੋ ਅੱਜ ਬੀਬੀ ਨੇ ਇਨਾ ਚਿਰ ਕਿਉਂ ਲਾਇਆ ਉਸਨੇ ਦੂਰੋਂ ਹੀ ਆਵਾਜ਼ ਮਾਰ ਕੇ ਪੁੱਛਿਆ ਤਾਂ ਬੀਬੀ ਨੇ ਉਸ ਵੱਲ ਤੱਕਿਆ ਅੱਗੇ ਹੋ ਕੇ ਹੌਕਾ ਭਰ ਕੇ ਭਰਾ ਦੀ ਚਿੱਠੀ ਹੱਥ ਫੜਾਈ ਸੱਸ ਹਰੀਆਂ ਜੀ ਹੋ ਗਈ ਤੇ ਪੁੱਛਿਆ ਕੀ ਗੱਲ ਹੈ ਬੀਬੀ ਨੇ ਕਿਹਾ ਆ ਪੜ ਲਓ ਚਿੱਠੀ ਪੜ ਕੇ ਸੱਸ ਨੂੰ ਵੀ ਵੱਡਾ ਸ਼ੋਕ ਹੋਇਆ ਔਰ ਸੁੰਦਰ ਸਿੰਘ ਦਾ ਹਾਲ ਪੜ ਕੇ ਹੈਰਾਨੀ ਨਾਲ ਬੋਲੀ ਖਬਰੇ ਸੁੰਦਰ ਸਿੰਘ ਨੂੰ ਕੀ ਹੋ ਗਿਆ ਕੁਚਿਰ ਦੁੱਖ ਭਰੀਆਂ ਗੱਲਾਂ ਦੇ ਮਗਰੋਂ ਸੱਸ ਨੇ ਪੁੱਛਿਆ ਫਿਰ ਹੁਣ ਕੀ ਸਲਾਹ ਹੈ ਬੀਬੀ ਜੀ ਜਿਵੇਂ ਹੁਕਮ ਸੱਸ ਨੂੰ ਦੀ ਪੀੜ ਨੂੰ ਸਮਝ ਗਈ ਸੀ ਬੋਲੀ ਮੇਰੀ ਜਾਂਚੇ ਤਾਂ ਕੱਲ ਤੁਰ ਜਾਉ ਤਾਂ ਠੀਕ ਹੈ ਪਰ ਕਾਕੇ ਦਾ ਕੀ ਕਰੋਗੇ ਬੀਬੀ ਪਹਿਲਾਂ ਤਾਂ ਰੁਕੀ ਫਿਰ ਬੋਲੀ ਜੀ ਕਾਕੇ ਦੀ ਚਿੰਤਾ ਤਾਂ ਵੱਡੀ ਹੈ ਪਰ ਕੀ ਕਰਾਂ ਵੀਰ ਦੀ ਇਹ ਦਸ਼ਾ ਪੜ ਕੇ ਰਹਿ ਨਹੀਂ ਸਕਦੀ ਗੁਰੂ ਰਾਖਾ ਹੈ ਉੱਥੋਂ ਦੋਵੇਂ ਜਣੀਆਂ ਘਰ ਆਈਆਂ ਤੇ ਅਗਲੇ ਦਿਨ ਬੀਬੀ ਪ੍ਰੇਮ ਕੋਰ ਸਸਦੀ ਆਗਿਆ ਅਨਸਾਰ ਕਾਕੇ ਨੂੰ ਲੈ ਕੇ ਘਰੋਂ ਤੁਰਨ ਲਈ ਤਿਆਰ ਹੋ ਪਏ प्यारे लाल ਨੂੰ ਇਸ ਹਾਲ ਵਿੱਚ ਲੈ ਜਾਣਾ ਕਠਨ ਕੰਮ ਸੀ। ਹਰ ਕਲੇਜਾ ਕੰਮ ਦਾ ਸੀ ਜੋ ਮਤਾਂ ਰਾਹ ਦੀ ਖੇਚਲ ਨਾਲ ਕੁਝ ਹੋ ਨਾ ਜਾਵੇ। ਪਰ ਵੀਰ ਦੇ ਬੇਮੁਖ ਹੋਣ ਦਾ ਡਰ ਕੋਈ ਘੱਟ ਗੱਲ ਨਹੀਂ ਸੀ। ਜੇ ਵੀਰ ਬਿਮਾਰ ਹੁੰਦਾ ਤਦ ਸ਼ਾਇਦ ਨਾ ਜਾਂਦੀ ਪਰ ਇਸ ਆਤਮਾ ਦੇ ਰੋਗ ਵਿੱਚ ਜਾਏ ਬਿਨਾ ਰਹਿ ਨਹੀਂ ਸੀ ਸਕਦੀ। ਉਸ ਨੂੰ ਡਰ ਸੀ ਕਿ ਮਤਾਂ ਮਗਰੋਂ ਜੀਵਦੇ ਜਾਗ ਦੇ ਭਰਾ ਦਾ ਦਰਸ਼ਨ ਨਾ ਹੋਇਆ ਵਰਗਾ ਹੋ ਜਾਵੇ। ਨਿਰਾਸ਼ਤਾ ਵਿੱਚ ਆ ਆ ਕੇ ਤਰਲੇ ਲੈਂਦੀ ਉਹ ਤੁਰਨ ਲਈ ਤਿਆਰ ਹੋ ਗਈ ਜਿਗਰ ਦੇ ਟੋਟੇ ਲਾਲ ਵਾਲ ਵੇਖਦੀ ਤਾਂ ਘਾਬਰਦੀ ਪਰ ਫਿਰ ਗੁਰੂ ਤੇ ਭਰੋਸਾ ਕਰਦੀ ਓੜ ਕਰ ਸਿੱਧੀ ਲਈ ਗੁਰੂ ਜੀ ਅੱਗੇ ਅਰਦਾਸਾ ਸੋਧ ਕੇ ਤੁਰ ਪਈ ਤੇ ਤੁਰਨ ਵੇਲੇ ਸੱਸ ਨੇ ਵੀ ਪਿਆਰ ਨਾਲ ਅਸੀਸ ਦਿੱਤੀ ਮਹਿਣਾ ਵਿੱਚ ਡੁੱਬੀ ਨੂੰ ਪੇਕੇ ਪਹੁੰਚਣ ਦੇ ਵਕਤ ਦੀ ਖਬਰ ਦੇਣੀ ਵੀ ਚੇਤੇ ਨਾ ਰਹੀ ਅਰਾਹ ਵਿੱਚ ਇੱਕ ਸਟੇਸ਼ਨ ਤੋਂ ਤਾਰ ਪਾਉਣੀ ਪਈ ਜੋ ਘਰ ਰੇਲ ਦੇ ਸਮੇਂ ਤੋਂ ਕੇਵਲ 2 ਘੰਟੇ ਪਹਿਲਾਂ ਪਹੁੰਚੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ